ਇਹ ਨਿਊਜ਼ ਬਹੁਤ ਜ਼ਿਆਦਾ ਐਮ ਆਪਣੇ ਸਾਰੇ ਭੈਣ ਭਰਾਵਾਂ ਲਈ ਜੋ ਕੈਨੇਡਾ ਦੇ ਵਿੱਚ ਰਹਿੰਦੇ ਐ ਜਾਂ ਫਿਰ ਜੋ ਸੋਚ ਰਿਹਾ ਕੈਨੇਡਾ ਦੇ ਵਿੱਚ ਜਾਣ ਦਾ ਕਿਉਂਕਿ ਕੈਨੇਡਾ ਦੇ ਵਿੱਚ ਸਾਰਿਆਂ ਦਾ ਇੱਕ ਹੀ ਸੁਪਨਾ ਹੁੰਦਾ ਕਿ ਕਿਵੇਂ ਨਾ ਕਿਵੇਂ ਕਰਕੇ ਮੈਨੂੰ ਪੀਆਰ ਮਿਲ ਜਾਵੇ ਪਰ ਕੈਨੇਡਾ ਗਵਰਨਮੈਂਟ ਨੇ ਹੁਣ 1 ਨਵੰਬਰ ਨੂੰ ਲੇਟੈਸਟ ਡਾਟਾ ਅਪਡੇਟ ਕਰ ਦੇਣਾ ਉਸ ਲੇਟੈਸਟ ਡਾਟੇ ਦੇ ਵਿੱਚ ਉਹਨਾਂ ਨੇ ਇੱਕ ਵੱਡੇ ਵੱਡੇ ਵਾਅਦੇ ਕੀਤੇ ਸੀ 1 ਨਵੰਬਰ 2023 ਨੂੰ ਉਹਨਾਂ ਨੂੰ ਚੇਂਜ ਕਰਕੇ 1 ਨਵੰਬਰ 2024 ਨੂੰ ਵੱਡੇ ਲੈਵਲ ਦੇ ਉੱਤੇ ਚੇਂਜ ਕਰ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ 2025 ਦੇ ਵਿੱਚ 5 ਲੱਖ ਭੈਣ ਭਰਾਵਾਂ ਨੂੰ ਕੈਨੇਡਾ ਦੇ ਵਿੱਚ ਪੀਆਰ ਦੇਵਾਂਗੇ ਪਰ ਉਹਨਾਂ ਨੇ ਹੁਣ ਇਸ ਡਾਟੇ ਨੂੰ ਘਟਾ ਦਿੱਤਾ ਹੈ ਤੇ ਉਹ ਕਹਿੰਦੇ ਕਿ ਅਸੀਂ ਸਿਰਫ 395000 ਲੋਕਾਂ ਨੂੰ ਹੀ ਪੀਆਰ ਦੇਣੀ ਆ ਪਹਿਲਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ 5 ਲੱਖ ਨੂੰ ਪੀਆਰ ਦੇਵਾਂਗੇ 2025 ਦੇ ਵਿੱਚ ਪਰ ਹੁਣ ਉਹ ਗੱਲ ਕਹਿ ਰਹੇ ਆ ਕਿ ਅਸੀਂ ਸਿਰਫ 395000 ਨੂੰ ਹੀ ਪੀਆਰ ਦੇਣੀ ਆ ਐਜ਼ ਕੰਪੇਅਰ ਟੂ ਦੇਖਿਆ ਜਾਵੇ ਬਹੁਤ ਵੱਡਾ ਨੰਬਰ ਹੈ ਜੋ ਟੁੱਟ ਚੁੱਕਿਆ ਹੈ 2025 ਦੇ ਵਿੱਚ ਜਿਨ੍ਹਾਂ ਨੇ ਪੀਆਰ ਲੈਣੀ ਸੀ ਕੈਨੇਡਾ ਦੇ ਵਿੱਚ ਉੱਥੇ ਹੀ ਗੱਲ ਕਰਦੇ 2026 ਦੀ ਜਾਂ ਫਿਰ 2027 ਦੀ ਉਹਨਾਂ ਦੇ ਵਿੱਚ ਵੀ ਡਾਟੇ ਦਾ ਬਹੁਤ ਵੱਡਾ ਫਰਕ ਪਾਇਆ ਗਿਆ ਹੈ ਕਿਉਂਕਿ ਗਵਰਨਮੈਂਟ ਨੇ ਅਗਲੇ 3 ਸਾਲ ਦਾ ਡਾਟਾ ਪਹਿਲਾਂ ਰਿਲੀਜ਼ ਕਰਨਾ ਹੁੰਦਾ ਹੈ ਤੋਂ ਸੇਮ ਟੂ ਸੇਮ ਜੇਕਰ ਆਪਾਂ 2025 ਦਾ ਡਾਟਾ ਤਾਂ ਫਰਮ ਮਿਲ ਚੁੱਕਿਆ ਹੈ ਪਰ 2026 ਦੇ ਵਿੱਚ ਉਹਨਾਂ ਨੇ ਕੀ ਕਿਹਾ ਸੀ 2026 ਦੇ ਵਿੱਚ ਵੀ ਉਹਨਾਂ ਨੇ ਇਹੀ ਟਿਚਰ ਰੱਖਿਆ ਸੀ ਕਿ ਅਸੀਂ 5 ਲੱਖ ਲੋਕਾਂ ਨੂੰ ਪੀਆਰ ਦੇਵਾਂਗੇ ਪਰ 5 ਲੱਖ ਦੀ بجائے ਉਹਨਾਂ ਨੇ ਉਸ ਨੰਬਰ ਨੂੰ ਹੋਰ ਘਟਾ ਦਿੱਤਾ ਕਿੰਨਾ ਨੰਬਰ ਘਟਾਇਆ ਸੇਮ ਟੂ ਸੇਮ 2025 ਜਿੰਨਾ ਹੀ ਮਤਲਬ ਦੋ ਜਿੰਨਾ 2025 ਦੇ ਵਿੱਚ ਪੀਆਰ ਦੇਣੀ ਸੀ ਸੇਮ ਟੂ ਸੇਮ ਓਨੇ ਹੀ ਪੀਆਰ ਉਹ 2026 ਦੇ ਵਿੱਚ ਦੇਣਗੇ ਜੇਕਰ ਦੇਖਿਆ ਜਾਵੇ 2000 25 ਦੇ ਵਿੱਚ ਸਿਰਫ 395000 ਲੋਕਾਂ ਨੂੰ ਹੀ ਪੀਆਰ ਦੇਣ ਦਾ ਟੀਚਾ ਕੀਤਾ ਹੈ 2026 ਦੀ ਗੱਲ ਕਰਦੇ ਆ 26 ਦੇ ਵਿੱਚ ਵੀ ਉਹਨਾਂ ਨੇ ਇਹ ਗੱਲ ਲੱਖੀ ਸੀ ਕਿ ਅਸੀਂ 5 ਲੱਖ ਭੈਣ ਭਰਾਵਾਂ ਨੂੰ ਪੀਆਰ ਦੇਵਾਂਗੇ ਪਰ ਉਹਨਾਂ ਨੇ ਫਿਰ ਜੋ ਡਾਟਾ ਹੈ ਡਾਊਨ ਕਰਤਾ ਕਿੰਨਾ ਡਾਊਨ ਕੀਤਾ ਸਿਰਫ 380000 ਲੋਕਾਂ ਨੂੰ ਹੀ ਪੀਆਰ ਦੇਣ ਦਾ ਵਾਅਦਾ ਕੀਤਾ ਹੈ ਜੇਕਰ 2027 ਦੀ ਗੱਲ ਕਰੀਏ 2027 ਦੇ ਵਿੱਚ ਵੀ ਉਹਨਾਂ ਨੇ ਇਹ ਕਿਹਾ ਸੀ ਕਿ ਅਸੀਂ 5 ਲੱਖ ਲੋਕਾਂ ਨੂੰ ਪੀਆਰ ਦੇਵਾਂਗੇ ਪਰ ਉੱਥੇ ਕਿੰਨੇ ਲੋਕਾਂ ਨੂੰ ਪੀਆਰ ਦੇਣ ਦਾ ਵਾਅਦਾ ਕਰ ਰਿਹਾ ਹੁਣ ਉਹ ਸਿਰਫ 3 ਲੱਖ 60000 ਲੋਕਾਂ ਨੂੰ ਤੇ ਕਿੱਡਾ ਵੱਡਾ ਨੰਬਰ ਉੱਡ ਚੁੱਕਿਆ ਨੀਅਰ ਅਬਾਊਟ 3 ਲੱਖ ਤੋਂ ਵੱਧ ਭੈਣ ਭਰਾਵਾਂ ਦਾ ਨੰਬਰ ਹੈ ਕੱਟ ਆਊਟ ਕਰ ਦਿੱਤਾ ਗਿਆ ਹੈ ਕੈਨੇਡਾ ਪੀਆਰ ਦੇ ਲਈ ਜੇਕਰ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਵਧੀਆ ਕੋਰਸ ਲਓ ਵਧੀਆ ਫੀਲਡ ਵਿੱਚ ਕੰਮ ਕਰਿਓ ਤਾਂ ਹੀ ਤੁਹਾਨੂੰ ਕੈਨੇਡਾ ਵਿੱਚ ਪੀਆਰ ਮਿਲੂਗੀ ਨਹੀਂ ਤਾਂ ਕਦੇ ਨਹੀਂ ਮਿਲਣੀ